हेलो दोस्तों, स्वागत है तुहाडा तुहाडे अपने यूट्यूब चैनल स्टार डिजिटल पंजाब विच, जिहदे विच तुसीं घर बैठे वख-वख जानकारियां साडे कोल हासिल करदे रहिंदे हो। जिहड़े दोस्त अज साडे यूट्यूब चैनल ते नवें आए ने, उस चैनल दे सामने लगे सबसक्राइब बटन नूं दबा के सबसक्राइब जरूर कर लैण, ते नाल ही बैल आइकन दबा के आल ते जरूर सैट कर लैण, ਤਾਂ ਜੋ ਹਰ ਇੱਕ ਵੀਡੀਓ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ, ਗੱਲ ਕਰ ਰਹੇ ਹਾਂ, ਵੱਡੀ ਅਪਡੇਟ ਅੱਜ ਅਸਾਮੀਆਂ ਬਾਰੇ ਆ ਰਹੀ ਹੈ, ਜਿਹਦੇ ਕਿ HMC ਦੀਆਂ ਪੋਸਟਾਂ ਜਿਹੜੀਆਂ ਨੇ ਨਿਕਲੀਆਂ ਨੇ ਹੁਸ਼ਿਆਰਪੁਰ ਮਿਊਂਸੀਪਲ ਕਾਰਪੋਰੇਸ਼ਨ ਦੀਆਂ, ਸਵੀਪਰ ਅਤੇ ਸੀਵਰਮੈਨ ਦੀਆਂ ਪੋਸਟਾਂ ਜਿਹੜੀਆਂ ਨੇ ਨਿਕਲੀਆਂ ਨੇ। की पूरी जानकारी है ये तुहाडे नाल सांझी करांगे। सो दोस्तों, तुसीं वीडियो नूं स्किप करे बिना पूरी देखना। सो गल करदे हां अज आ रही पोस्ट दी अपडेट बारे। तुसीं देख रहे हो स्क्रीन दे उत्ते दफ्तर नगर निगम हुशियारपुर स्वामी विवेकानंद म्यूनसीपल भवन ਨੇੜੇ ਧੋਬੀ ਘਾਟ ਹੁਸ਼ਿਆਰਪੁਰ ਸਫਾਈ ਸੇਵਕਾਂ ਅਤੇ ਸੀਵਰਮੈਨ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ। ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਠੇਕੇ ਦੇ ਆਧਾਰ 'ਤੇ ਭਰਤੀ ਲਈ ਔਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਅਸਾਮੀ ਦਾ ਨਾਂ ਜਿਹੜਾ ਸਫਾਈ ਸੇਵਕ ਹੈ, 150 ਅਸਾਮੀਆਂ ਇਹਦੀ ਭਰੀ ਜਾਣੀਆਂ ਨੇ। ਮਿਹਨਤਾਨਾ ਜਿਹੜਾ ਮਿਲੇਗਾ ਕਿਰਤ ਵਿਭਾਗ ਪੰਜਾਬ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਮੇਂ ਸਮੇਂ 'ਤੇ ਨਿਰਧਾਰਤ ਰੇਟਾਂ ਅਨੁਸਾਰ ਮਿਲੇਗਾ। ਅਤੇ ਸੀਵਰਮੈਨ ਦੀ ਦੂਜੀ ਪੋਸਟ ਹੈ, ਇਹਦੇ ਵਿੱਚ 30 ਪੋਸਟਾਂ ਟੋਟਲ ਨੇ, ਅਤੇ ਇਹਦਾ ਮਿਹਨਤਾਨਾ ਵੀ ਉਪਰੋਕਤ ਅਨੁਸਾਰ ਹੀ ਹੋਵੇਗਾ। ਵੇਰਵਿਆਂ ਸ਼ਰਤਾਂ ਲਈ ਨਗਰ ਨਿਗਮ ਹੁਸ਼ਿਆਰਪੁਰ ਦੀ ਵੈਬਸਾਈਟ www.mchohusiarpur.in 'ਤੇ ਲੌਗਇਨ ਕੀਤਾ ਜਾਵੇ। ਉਮੀਦਵਾਰ ਆਪਣਾ ਔਨਲਾਈਨ ਬਿਨੈ ਪੱਤਰ ਮਿਤੀ 11/8/2022 ਤੋਂ ਮਿਤੀ 25/8/2022 ਸਮਾਂ ਸਾਂ 5 ਵਜੇ ਤੱਕ ਨਗਰ ਨਿਗਮ ਹੁਸ਼ਿਆਰਪੁਰ ਦੀ ਵੈਬਸਾਈਟ 'ਤੇ ਦਰਸਾਏ ਗਏ ਲਿੰਕ 'ਤੇ ਕਲਿੱਕ ਕਰਕੇ ਅਪਲੋਡ ਕਰ ਸਕਦਾ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਦਰਖਾਸਤ ਜਿਹੜੀ ਹੈ ਉਹ ਰੱਦ ਸਮਝੀ ਜਾਵੇਗੀ। ਭਰਤੀ ਸੰਬੰਧੀ ਸੂਚਨਾ ਵਿੱਚ ਜੇਕਰ ਕੋਈ ਸੋਧ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸਦਾ ਵੇਰਵਾ ਉਕਤ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਉਕਤ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਵੀ ਜਾ ਸਕਦੀ ਹੈ। ਸੋ ਇਹ ਨੋਟੀਫਿਕੇਸ਼ਨ ਤੁਸੀਂ ਜਿਹੜਾ ਦੇਖ ਰਹੇ ਹੋ, ਇਹ 8ਵੇਂ ਪਾਸ ਜਿਹੜੇ ਨੇ ਇਹਦੇ ਵਿੱਚ ਰੱਖੇ ਜਾਣੇ ਨੇ। 18 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਦੇ ਦਰਮਿਆਨ ਇਹ ਭਰਤੀ ਜਿਹੜੀ ਹੈ ਉਹ ਹੋਣੀ ਹੈ। ਸੋ ਜੇਕਰ ਤੁਸੀਂ ਵੀ ਐਲੀਜੀਬਲ ਹੋ ਤਾਂ ਇਹ ਭਰਤੀ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਇਸ ਦਾ ਲਾਭ ਜਿਹੜਾ ਲੈ ਸਕਦੇ ਹੋ। ਸੋ ਇਹ ਵੀਡੀਓ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਨਾ ਅਤੇ ਹਰ ਇੱਕ ਨੂੰ ਭੇਜਣਾ ਤਾਂ ਜੋ ਕੋਈ ਵੀ ਇਸ ਤੋਂ ਵਾਂਝਾ ਨਾ ਰਹੇ। ਸੋ ਮਿਲਦੇ ਹਾਂ ਹੋਰ ਇੱਕ ਨਵੀਂ ਅਪਡੇਟ ਲੈ ਕੇ ਜਲਦੀ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।